ਹਉ ਪਾਪੀ ਤੂੰ ਬਖਸ਼ਨਹਾਰ, ਹਉ ਪਾਪੀ ਤੂੰ ਬਖਸ਼ਨਹਾਰ, ਹਉ ਪਾਪੀ ਤੂੰ ਬਖਸ਼ਨਹਾਰ, ਮੁਲਜ਼ਮ ਹੈ ਤੇ ਇੱਕ ਜੱਜ ਹੈ। ਆਖੋ ਸਤਨਾਮ। ਇੱਕ ਮੁਲਜ਼ਮ ਤੇ ਇੱਕ ਜੱਜ। ਮੁਲਜ਼ਮ ਨੇ ਬੜਾ ਵੱਡਾ ਗੁਨਾਹ ਕੀਤਾ, ਬੜਾ ਵੱਡਾ ਗੁਨਾਹ ਕੀਤਾ। ਕਟਹਿਰੇ ਦੇ ਵਿੱਚ ਖੜਾ ਕੀਤਾ ਗਿਆ। ਜੱਜ ਪੁੱਛਦੇ, ਹਾਂ ਬਈ ਤੂੰ ਗੁਨਾਹ ਕੀਤਾ। ਉਹ ਸਿੱਧਾ ਢਹਿ ਜਾਂਦਾ ਹੈ, ਕੋ ਸਤਨਾ ਢਹਿ ਜਾਂਦਾ, ਜੀ ਹੋਇਆ ਹੈ ਗੁਨਾਹ, ਹੋਇਆ ਹੈ ਗੁਨਾਹ, ਮਹਾਰਾਜ ਕਿਰਪਾ ਕਰ, ਮੇਰੇ 'ਤੇ ਦਇਆ ਕਰ, ਮੇਰੇ 'ਤੇ ਤਰਸ ਕਰ। ਟਹਿ ਗਿਆ, ਕਬੂਲ ਲਿਆ। ਯਕੀਨ ਜਾਣਨਾ, ਦੁਨੀਆਂ ਦੀ ਕਚਹਿਰੀ ਦਾ ਮੈਂ ਅਸੂਲ ਦੱਸ ਰਿਹਾ। ਜਿੰਨੀ ਸਜ਼ਾ ਹੋਣੀ ਸੀ ਨਾ, ਖਾਲੀ ਉਹਦੇ ਢਹਿਣ ਕਰਕੇ ਜੱਜ ਸਜ਼ਾ ਘਟਾ ਦਿੰਦਾ। ਇਹਨੇ ਕਸੂਰ ਮੰਨ ਲਿਆ, ਪਸ਼ਚਾਤਾਪ ਹੈ, ਸਜ਼ਾ ਕੱਟ ਜਾਂਦੀ ਹੈ। ਇੱਕ ਗੁਰੂ ਨਾਨਕ ਦੀ ਕਚਹਿਰੀ ਹੈ, ਗੁਰੂ ਨਾਨਕ ਦੀ ਬਾਰਗਾਹ। ਅਸੀਂ ਮੁਲਜ਼ਮ, ਹਰ ਕਦਮ 'ਤੇ ਸਾਧਸੰਗਤ ਕਾਲੇ ਲੇਖ ਲਿਖਦੇ ਪਏ, ਹਰ ਕਦਮ 'ਤੇ। ਹਾਲਾਂਕਿ ਬਾਬਾ ਫਰੀਦ ਜੀ ਨੇ ਕਲੀਅਰ ਕਲੀਅਰ ਸਮਝਾਇਆ ਸੀ, ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ, ਸਿਆਣਾ ਹੈ ਨਾ, ਸਿਆਣਾ ਹੈ, ਕਾਲੇ ਲਿਖ ਨਾ ਲੇਖ। ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਜੇ ਕਿਤੇ ਮੈਂ ਆਪਣੇ ਅੰਦਰ ਝਾਤੀ ਮਾਰਨੀ ਸਿੱਖ ਜਾਂਦਾ, ਸੱਚ ਮੈਂ ਕਾਲੇ ਲੇਖ ਨਾ ਲਿਖਦਾ, ਕਾਲੇ ਲੇਖ ਨਾ ਲਿਖਦਾ ਜੀ। ਬੰਦਾ ਜਦੋਂ ਕਾਲੇ ਲੇਖ ਲਿਖਦਾ, ਦੂਜਿਆਂ ਵੱਲ ਝਾਤੀ ਮਾਰਦਾ, ਉਹ ਇਦਾਂ ਦਾ ਉਹਨੇ ਐਂ ਕੀਤਾ, ਮੈਂ ਐਂ ਕਰਨਾ ਹੈ। ਆਖੋ ਸਤਨਾਮ। ਉਹਨੇ ਇਦਾਂ ਬੋਲਿਆ, ਹੁਣ ਮੈਂ ਇਦਾਂ ਬੋਲਣਾ। ਕਾਸ਼ ਕਿਧਰੇ ਅਪਰੇ ਅੰਦਰ ਝਾਤੀ ਮਾਰ ਲਈ। ਐਸਾ ਕੋਈ ਗੁਨਾਹ ਨਹੀਂ ਜੋ ਸਾਡੇ ਅੰਦਰ ਨਹੀਂ ਹੈ। ਆਖੋ ਸਤਨਾਮ। ਐਸਾ ਕੋਈ ਸਾਧਸੰਗਤ ਔਗੁਣ ਨਹੀਂ ਜੋ ਸਾਡੇ ਅੰਦਰ ਨਹੀਂ ਹੈ।
ਬਸ ਅੰਦਰ ਦੀ ਯਾਤਰਾ ਕਰਨੀ ਆ ਜੇ ਸਨ, ਆਪਣੀ ਮੈਲ ਦੇਖਣੀ ਆ ਜੇ ਸਨ, ਆਪਣੇ ਔਗਣ ਦੇਖਣੇ ਆ ਜਾਣ ਸਾਨੂੰ। ਦੁਨੀਆਂ ਦੀ ਬਾਰਗਾਹ ਦੇ ਵਿੱਚ, ਦੁਨੀਆਂ ਦੀ ਕਚਹਿਰੀ ਦੇ ਵਿੱਚ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਕੀਤਾ, ਜਿੰਨੀ ਸਜ਼ਾ ਹੋਣੀ ਸੀ ਘਟ ਗਈ, ਰਹਿਮ ਦੀ ਅਪੀਲ ਪਾਈ, ਸਜ਼ਾ ਘਟ ਗਈ, ਮਾਫੀ ਨਹੀਂ। ਗੁਰੂ ਨਾਨਕ ਦੀ ਬਾਰਗਾਹ ਕੈਸੀ ਹੈ, ਜੇ ਮੁਲਜ਼ਮ ਢਹਿ ਜਾਵੇ ਮਨ ਕਰਕੇ, ਧਿਆਨ ਨਾਲ ਸੁਣਨਾ ਜੀ, ਜੇ ਮੁਲਜ਼ਮ ਢਹਿ ਜਾਵੇ ਮਨ ਕਰਕੇ ਕਿ ਦਾਤਾ ਬਖਸ਼ ਤੂੰ ਬਖਸ਼ ਮਿਲਾਵਣ ਹਾਰ, ਦਾਤਾ ਬਖਸ਼, ਤੇ ਜੇ ਮੇਰੇ ਦਾਤਾ ਜੀ ਮਿਹਰਬਾਨ ਹੋ ਜਾਣ, ਜੇ ਮੇਰੇ ਗੁਰੂ ਨਾਨਕ ਸਾਹਿਬ ਮਿਹਰਬਾਨ ਹੋ ਜਾਣ, ਫਿਰ ਇਸ ਬਾਰਗਾਹ ਦੀ ਬਖਸ਼ਿਸ਼ ਕੈਸੀ ਵਰਤਦੀ ਹੈ ਪਤਾ, ਫਿਰ ਜਿੰਨੀ ਸਾਧਸੰਗ ਸਜ਼ਾ ਮਿਲਣੀ ਸੀ ਸਜ਼ਾ ਘੱਟ ਨਹੀਂ, ਸਜ਼ਾ ਮਾਫ ਹੀ ਕਰ ਦਿੰਦੇ ਨੇ। ਆਖੋ ਸਤਨਾਮ ਸੱਚ ਜੀ ਸ੍ਰੀ ਅਕਾਲ, ਸਜ਼ਾ ਮਾਫ, ਪਰ ਵੇਖਣਾ ਪਏਗਾ ਜਿਸ ਔਗੁਣ ਦੀ ਮੈਂ ਮਾਫੀ ਮੰਗਦਾ ਪਿਆ ਔਰ ਮੈਂ ਸਜ਼ਾ ਮਾਫ ਕਰਵਾਈ ਹੈ। ਸਾਹਿਬ ਕਹਿੰਦੇ ਹੁਣ ਇਹ ਔਗੁਣ ਨਾ ਕਰੀ ਜਾਂ ਮਾਫ ਕੀਤਾ, ਹੁਣ ਇਹ ਗਲਤੀ ਨਾ ਕਰੀ, ਪਰ ਕਮਾਲ ਹੋ ਗਈ, ਫਿਰ ਉਹੀ ਗਲਤੀ ਕਰਦੇ ਹਾਂ, ਫਿਰ ਦਰਬਾਰ 'ਚ ਆ ਜਾਂਦੇ ਹਾਂ, ਜੀ ਮਾਫੀ, ਜੀ ਮਾਫੀ। ਦੂਜੀ ਵਾਰੀ ਵੀ ਮਹਾਰਾਜ ਮਾਫ ਕਰਦੇ, ਚੱਲ ਜਾ ਕੋਈ ਗੱਲ, ਮਾਫ ਕੀਤਾ, ਹੁਣ ਨਾ ਕਰੀ। ਤੀਜੀ ਵਾਰੀ ਫਿਰ ਉਹੀ ਗਲਤੀ, ਬੜੇ ਦਿਆਲੂ ਨੇ ਕਿਰਪਾਲੂ ਨੇ ਮਾਫ ਕਰ ਦਿੱਤਾ, ਚੌਥੀ ਵਾਰੀ ਫਿਰ ਉਹੀ ਗਲਤੀ। ਕਦ ਤੱਕ ਗਲਤੀ ਮਾਫ ਕਰਨਗੇ ਜੀ, ਕਦ ਤੱਕ? ਫਿਰ ਕਹਿਣਗੇ ਕਿ ਡਰਾਮਾ ਕਰਦਾ, ਪਖੰਡ ਪਿਆ ਕਰਦਾ। ਸੱਚ ਜੇ ਫਿਰ ਜਿੰਨੀ ਸਜ਼ਾ ਮਿਲਣੀ ਸੀ ਉਸ ਤੋਂ ਵੱਧ ਮਿਲਣੀ, ਉਸ ਤੋਂ ਵੱਧ ਮਿਲਣੀ। ਇੱਕ ਉਹ ਬੰਦਾ ਜਿਹਨੂੰ ਪਤਾ ਹੀ ਨਹੀਂ ਅਚਨਚੇਤੇ ਗੁਨਾ ਹੋ ਗਿਆ, ਇੱਕ ਉਹ ਬੰਦਾ ਜਿਹਨੂੰ ਪਤਾ ਹੈ ਕਿ ਇਹ ਕਰਮ ਮੇਰਾ ਮੈਲਾ ਕਰਮ ਲਿਖਵਾਏਗਾ, ਇਹ ਕਰਮ ਮੈਨੂੰ ਪਾਪਾਂ ਦਾ ਹੱਕਦਾਰ ਬਣਾਏਗਾ, ਇਹ ਕਰਮ ਮੈਨੂੰ ਦੁੱਖਾਂ ਵੱਲ ਝੋਂਕ ਦੇਗਾ, ਇਹ ਕਰਮ ਮੈਨੂੰ ਗੁਰੂ ਨਾਨਕ ਦੀ ਨਾਰਾਜ਼ਗੀ ਦਵਾਏਗਾ, ਇਹ ਕਰਮ ਇਹਦੇ 'ਤੇ ਸਤਿਗੁਰੂ ਪਿੱਠ ਕਰ ਲੈਣਗੇ। ਜਾਣਦਿਆਂ ਹੋਇਆਂ ਵੀ ਆਪਾਂ ਉਹ ਕਰਮ ਕਰਦੇ ਹਾਂ ਜੀ, ਫਿਰ ਕਿੱਥੋਂ ਮਾਫੀ ਮਿਲਣੀ ਜੀ, ਕਿੱਥੋਂ ਮਾਫੀ ਮਿਲਣੀ? ਜੇ ਪਤਾ ਵੀ ਹੋਵੇ, ਪਤਾ ਹੈ ਇਹ ਕਰਮ ਮਾੜਾ ਹੈ, ਇਹਦੀ ਸਜ਼ਾ ਹੈ, ਪਤਾ ਹੈ, ਫਿਰ ਬੰਦਾ ਉਹ ਕੰਮ ਕਰ, ਅਣਜਾਣੇ 'ਚ ਕਿਧਰੇ ਕੰਮ ਹੋ ਜਾਵੇ, ਅਣਜਾਣੇ 'ਚ ਕੋਈ ਚਲੋ ਪਾਪ ਹੋ ਜਾਵੇ, ਔਰ ਨਹੀਂ ਪਤਾ ਸੀ, ਚਲੋ ਬੰਦਾ ਕਹਿੰਦੇ ਅੱਗੋਂ ਧਿਆਨ ਰੱਖੀ,
ਅੱਗੋਂ ਕੀਤਾ ਫਿਰ ਦੇਖੀ, ਹੁਣ ਸੁਚੇਤ ਹੋ ਗਿਆ, ਵਾਰਨਿੰਗ ਮਿਲ ਗਈ, ਹੁਣ ਗਿਆਨ ਆ ਗਿਆ ਕਿ ਭਾਈ ਆਹ ਕੰਮ ਕਰਨ ਦੇ ਨਾਲ ਸਜ਼ਾ ਹੈ। ਜਦੋਂ ਪਤਾ ਲੱਗ ਗਿਆ ਆਹ ਕੰਮ ਕਰਨ ਦੇ ਨਾਲ ਸਜ਼ਾ ਹੈ, ਉਹਦੇ ਬਾਵਜੂਦ ਵੀ ਉਹ ਕੰਮ ਕਰੇ, ਫਿਰ ਸਜ਼ਾ ਦਾ ਹੱਕਦਾਰ ਹੈ ਕਿ ਨਹੀਂ? ਆਖੋ ਸਾਧਨਾ ਫਿਰ ਹੈ ਹੱਕਦਾਰ। ਫਿਰ ਜਦੋਂ ਪੈਂਦੀਆਂ ਤਾਂ ਫਿਰ ਰੋਂਦੇ ਫਿਰਦੇ ਹਾਂ ਜੀ, ਕੁਰਲਾਉਂਦੇ ਫਿਰਦੇ, ਫਿਰ ਪੈਂਦੀਆਂ ਕਰਮਾਂ ਦੀ ਮਾਰ, ਜਦੋਂ ਫਿਰ ਝਲਣੀ ਪੈਂਦੀ ਹੈ ਸੱਸ, ਫਿਰ ਕੁਰਲਾਹਟ ਮੱਚਦੀ ਹੈ, ਫਿਰ ਹਾਏ ਹਾਏ ਕਰਦੇ ਫਿਰਦੇ, ਫਿਰ ਭੋਗਣਾ ਪੈਂਦਾ। ਅਰਦਾਸ ਕਰੀਏ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ, ਸੱਚੇ ਪਾਤਸ਼ਾਹ ਜੇ ਬਖਸ਼ਿਆ ਜੇ ਤੇ ਹੁਣ ਆਪਣਾ ਬਣਾ ਲਓ। ਆਖੋ ਸਾਧਨਾ ਹੈ ਜੀ। ਅਕਾਲ ਇੱਕ ਪੰਕਤੀ ਆਉਂਦੀ, ਕਹਿੰਦੇ ਤੂੰ ਬਖਸ਼ ਮਿਲਾਵਣਹਾਰ। ਦੋਨੋਂ ਚੀਜ਼ਾਂ ਗਈਆਂ ਨੇ ਇੱਥੇ, ਖਾਲੀ ਬਖਸ਼ ਨਹੀਂ ਗਿਆ, ਕਹਿੰਦੇ ਮਹਾਰਾਜ ਮੈਨੂੰ ਬਖਸ਼ ਲੈ। ਮਹਾਰਾਜ ਕਹਿੰਦੇ ਜਾ ਬਖਸ਼ਿਆ, ਕਹਿੰਦੇ ਹੁਣ ਚਰਨਾਂ ਨਾਲ ਮਿਲਾ ਵੀ ਲੈ। ਆਖੋ ਸਾਧਨਾ ਹੁਣ ਚਰਨਾਂ ਨਾਲ ਮਿਲਾ ਵੀ ਲੈ, ਜੇ ਤੇਰੇ ਚਰਨਾਂ ਨਾਲ ਮਿਲਿਆ ਰਵਾਂਗਾ ਫਿਰ ਅਪਰਾਧ ਨਹੀਂ ਕਰਾਂਗਾ, ਫਿਰ ਅਪਰਾਧ। ਔਰ ਇੱਕ ਗੱਲ ਧਿਆਨ ਰੱਖਣਾ ਜੀ, ਜਿਹੜੀ ਦਾਸ ਨੇ ਪਹਿਲੇ ਗੱਲ ਕਹੀ ਕਿ ਢਹਿ ਪਿਆ ਤੇ ਮਾਫੀ ਹੈ, ਢਹਿ ਪਿਆ ਤੇ ਮਾਫੀ, ਢਹਿਣਾ ਸਾਨੂੰ ਆ ਜਾਵੇ, ਸਾਨੂੰ ਢਹਿਣਾ ਆ ਜਾਵੇ ਸਤਸੰਗ ਜੀ। ਬਾਬਾ ਨਾਨਕ ਸਿੰਘ ਜੀ ਕਹਿੰਦੇ ਸਨ, ਬੇਸ਼ੱਕ ਕਿਸੇ ਦੇ ਅੱਗੇ ਮਾਫੀ ਨਾ ਮੰਗੀ, ਕਿਸੇ ਬੰਦੇ ਦੇ ਅੱਗੇ ਭਾਵੇਂ ਪੜਦੇ ਨੰਗੇ ਨਾ ਕਰੀ, ਕਹਿੰਦੇ ਪਰ ਗੁਰੂ ਦੇ ਅੱਗੇ ਤਾਂ ਕਰ, ਉਹ ਘੱਟੋ ਘੱਟ ਗੁਰੂ ਅੱਗੇ ਕਰ। ਇਕੱਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਆ ਕੇ ਖੜੇ ਹੋ ਜਾਓ, ਇਕੱਲੇ, ਨਾ ਕਿਸੇ ਨੂੰ ਦੱਸਣਾ, ਨਾ ਦੱਸੋ, ਕੋਈ ਗੱਲ ਨਹੀਂ, ਆਪਣੇ ਪਰਦੇ ਨਹੀਂ ਨੰਗੇ ਕਰਨੇ, ਨਾ ਕਰੋ। ਪਰ ਇੱਕ ਆਪਣੇ ਮਾਲਕ ਦੇ ਅੱਗੇ ਤਾਂ ਆਪਣੇ ਪਰਦੇ ਨੰਗੇ ਕਰੀਏ, ਮਾਲਕ ਦੇ ਅੱਗੇ ਤਾਂ ਆਪਣਾ ਗੁਨਾਹ ਸਾਸੰਗ ਕਬੂਲੀਏ, ਇੱਥੇ ਆ ਕੇ ਤਾਂ ਖੜੀਏ ਤੇ ਕੰਨੀ ਹੱਥ ਲਾਈਏ ਮਹਾਰਾਜ ਬਖਸ਼ ਬਖਸ਼ ਕੀਤਾ ਅਪਰਾਧ, ਕੀਤਾ ਗੁਨਾਹ। ਪਰ ਇਹ ਬੇਨਤੀਆਂ ਉਹ ਕਰੇਗਾ ਜਿਹਨੂੰ ਆਪਣੇ ਗੁਨਾਹ ਪਤਾ ਹੋਣਗੇ, ਜਿਹੜਾ ਆਪਣੇ ਗੁਨਾਹ ਤੋਂ ਵਾਕਫ ਹੋਏਗਾ ਉਹ ਹੀ ਬੇਨਤੀਆਂ ਕਰ ਸਕਦਾ। ਜਿਹਨੂੰ ਪਤਾ ਹੀ ਨਹੀਂ ਜੀ ਮੈਂ ਗੁਨਾਹ ਕੀਤਾ, ਜਿਹਨੂੰ ਮਹਿਸੂਸ ਹੀ ਨਹੀਂ ਹੈ, ਉਹਨੇ ਪਾਪ ਕਰਮ ਵੀ ਕੀਤਾ ਔਰ ਅਹਿਸਾਸ ਵੀ ਨਹੀਂ ਹੈ, ਉਹਨੇ ਐਸੀ ਚੁਗਲੀ ਕੀਤੀ ਹੈ ਕਿ ਅਗਲੇ ਦਾ ਘਰ ਬਰਬਾਦ ਕਰਕੇ ਰੱਖ ਦਿੱਤਾ, ਅਹਿਸਾਸ ਹੀ ਨਹੀਂ ਹੈ, ਉਹਨੇ ਐਸੇ ਬੋਲ ਬੋਲੇ ਨੇ ਕਿ ਅਗਲੇ ਦੀ ਜ਼ਿੰਦਗੀ ਬਰਬਾਦ ਕਰਕੇ ਰੱਖਤੀ ਹੈ, ਅਹਿਸਾਸ ਹੀ ਨਹੀਂ ਹੈ। ਐਸੇ ਬੋਲ ਬੋਲ ਕੇ ਉਹ ਆ ਗਿਆ ਘਰ 'ਚ ਪਵਾੜਾ ਪਾ ਕੇ ਆ ਗਿਆ ਜੀ, ਜੀਣਾ ਦੁਸ਼ਵਾਰ ਕਰਤਾ ਅਗਲੀ ਦਾ ਘਰ ਦੇ ਵਿੱਚ, ਅਹਿਸਾਸ ਹੀ ਨਹੀਂ ਹੈ ਕਿ ਮੈਂ ਕੀਤਾ ਕੀ ਹੈ, ਕੀਤਾ ਕੀ ਹੈ। ਫਿਰ ਜਦੋਂ ਭੋਗਣਾ ਪੈਂਦਾ ਅਹਿਸਾਸ, ਕਿਉਂਕਿ ਕਰਮ ਤੋਂ ਕੋਈ ਨਹੀਂ ਬਚ ਸਕਿਆ, ਕਰਮਾਂ ਦੀ ਮਾਰ ਤੋਂ ਕੋਈ ਨਹੀਂ ਬਚ ਸਕਿਆ, ਕੋਈ ਵੀ ਨਹੀਂ ਬਚ ਸਕਿਆ, ਕੋਈ ਵੀ। ਭੋਗਣਾ ਤਾਂ ਪਏਗਾ ਜੀ, ਸਵਾਦ ਲਿਆ ਤੇ ਸਵਾਦ ਫਿਰ ਭੋਗਣਾ ਵੀ ਪਏਗਾ।
ਜੇ ਜਾ ਜਾ ਕੇ ਚੁਗਲੀਆਂ ਕਰ ਕਰਕੇ ਸਵਾਦ ਲੈਂਦੇ ਹਾਂ, ਇੱਧਰ ਦੀ ਗੱਲ ਉੱਧਰ ਕਰਕੇ ਪੁਆੜੇ ਪਵਾਉਂਦੇ ਹਾਂ, ਇੱਧਰ ਦੀ ਗੱਲ ਉੱਧਰ ਕਰਕੇ ਘਰ ਦੇ ਵਿੱਚ ਕਲੇਸ਼ ਪਵਾਉਂਦੇ ਹਾਂ, ਭੋਗਣਾ ਤਾਂ ਫੇਕ। ਫਿਰ ਜਦੋਂ ਆਪ ਦੀ ਵਾਰੀ ਆਉਂਦੀ, ਹੁਣ ਕਲੇਸ਼ ਪਾ ਤਾ, ਕੋਈ ਨਾ ਕੋਈ ਤਾਂ ਹੁਣ ਰੋ ਰਿਹਾ, ਕੋਈ ਨਾ ਕੋਈ ਤੜਫ ਰਿਹਾ, ਕੋਈ ਨਾ ਕੋਈ ਸਾਧ ਸੰਗਤ ਖੂਨ ਦੇ ਹੰਝੂ ਰੋਂਦਾ ਪਿਆ। ਉਹ ਰੋਂਦਾ ਤੇ ਇੱਕ ਬੰਦਾ ਖੁਸ਼ ਹੁੰਦਾ ਪਿਆ, ਹਾਂ ਬਰਬਾਦ ਕਰਤਾ, ਇਹਨੇ ਇੱਦਾਂ ਕੀਤਾ ਸੀ, ਦੇਖ ਮੈਂ ਕੀ ਕੀਤਾ। ਉਹ ਪਿਆਰਿਆ ਹੁਣ ਤੂੰ ਤਿਆਰ ਰਹਿ, ਆਖੋ ਸਤਨਾਮ, ਹੁਣ ਤੂੰ ਤਿਆਰ ਰਹਿ, ਹੁਣ ਵਾਰੀ ਤੇਰੀ ਹੈ ਖੂਨ ਦੇ ਹੰਝੂ ਰੋਣ ਦੀ। ਕਿਵੇਂ ਰੋਏਗਾ, ਕਿੱਦਾਂ ਰੋਏਗਾ, ਇਹ ਉਹਦਾ ਨਿਆਂ ਚੱਕਰ ਹੈ। ਕਿਵੇਂ ਉਹ ਚੱਕਰ ਘੁਮਾਏਗਾ, ਉਸ ਪਾਪ ਕਰਮ ਦਾ ਤੈਨੂੰ ਫਲ ਕਿੱਦਾਂ ਦੇਗਾ, ਕਿਸ ਰੂਪ 'ਚ ਦੇਗਾ, ਪਰ ਖੂਨ ਦੇ ਹੰਝੂ ਤਾਂ ਤੈਨੂੰ ਵੀ ਰਵਾਏਗਾ। ਵਾਖੋ ਸਤਨਾਮ, ਕਰਮ ਸਾਹਮਣੇ ਆਉਂਦੇ ਨੇ ਜੀ, ਨਹੀਂ ਕੋਈ ਬਚ ਸਕਿਆ ਕਰਮ ਕੋ। ਤਾਂ ਹੀ ਮਹਾਰਾਜ ਕਹਿੰਦੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣ। ਜਿਹਨੂੰ ਅਹਿਸਾਸ ਹੋ ਗਿਆ ਨਾ, ਯਕੀਨ ਜਾਣਨਾ, ਮੰਨ ਲਿਓ ਇਸ ਗੱਲ ਨੂੰ, ਜਿਹਨੂੰ ਅਹਿਸਾਸ ਹੋ ਗਿਆ ਉਹ ਪਾਪ ਕਰਮ ਕਰਨ ਤੋਂ ਵਰਜੇਗਾ ਆਪਣੇ ਆਪ ਨੂੰ, ਉਹ ਕਤਰਾਏਗਾ, ਉਹ ਜਲਦੀ ਪਾਪ ਕਰਮ ਨਹੀਂ ਕਰੇਗਾ, ਉਹ ਜਲਦੀ ਸਾਧ ਸੰਗਤ ਈਰਖਾ ਵਾਲੇ ਬੋਲ, ਨਿੰਦਿਆ ਵਾਲੇ ਬੋਲ, ਐਸੇ ਬੋਲ ਕਿ ਜਿਹੜਾ ਅਗਲੇ ਦੀ ਜ਼ਿੰਦਗੀ ਬਰਬਾਦ ਕਰ ਦੇਵੇ, ਅਗਲੇ ਦੀ ਜ਼ਿੰਦਗੀ 'ਚ ਦੁੱਖ ਹੀ ਭਰ ਦੇਵੇ। ਪੜਦੇ ਨੰਗੇ ਕਰਕੇ ਅਗਲੇ ਨੂੰ ਬਰਬਾਦ ਹੀ ਕਰਤਾ ਤੁਸੀਂ। ਜਿਹਨੂੰ ਅਹਿਸਾਸ ਹੋ ਗਿਆ ਫਿਰ ਉਹ ਇਹ ਕੰਮ ਨਹੀਂ ਕਰੇਗਾ, ਜਿਹਨੂੰ ਅਹਿਸਾਸ ਹੋ ਗਿਆ ਕਿ ਇਹਦੀ ਮਾਫੀ ਗੁਰੂ ਵੱਲੋਂ ਨਹੀਂ ਹੈ, ਆਖੋ ਸਤਨਾਮ, ਇਹਦੀ ਮਾਫੀ ਗੁਰੂ ਵੱਲੋਂ ਨਹੀਂ, ਫਿਰ ਉਹ ਕਦਮ ਨਹੀਂ ਪੱਟੇਗਾ। ਤੇ ਜਿਹਨੂੰ ਅਹਿਸਾਸ ਹੋ ਗਿਆ, ਇੱਕ ਤਾਂ ਉਹ ਕਦਮ ਨਹੀਂ ਪੱਟੇਗਾ, ਇੱਕ ਸਾਧ ਸੰਗਤ ਜਿਹੜੇ ਪਿਛਲੇ ਕਦਮ ਪੜ ਚੁੱਕੇ ਹਨ, ਜਿਹੜੇ ਕਦਮ ਪੜ ਚੁੱਕਿਆ, ਢਹਿ ਢਹਿ ਕੇ ਉਹਦੀ ਮਾਫੀ ਮੰਗੇਗਾ। ਮਾਫੀ ਉਹੀ ਮੰਗੇਗਾ ਜਿਹਨੂੰ ਅਹਿਸਾਸ ਹੈ ਕਿ ਮੈਂ ਮਾੜਾ ਕੰਮ ਕੀਤਾ। ਉਹ ਕਰਮਾਂ ਵਾਲਿਓ, ਛੋਟੀ ਜਿਹੀ ਜ਼ਿੰਦਗੀ ਮਿਲੀ ਹੈ, ਇਸ ਜ਼ਿੰਦਗੀ ਨੂੰ ਖੂਬਸੂਰਤ ਬਣਾਓ, ਇਸ ਜੀਵਨ ਨੂੰ ਖੁਸ਼ਬੂ ਨਾਲ ਭਰੋ, ਐਸਾ ਜੀਵਨ ਬਣਾਓ ਆਪਣਾ ਤੁਹਾਡੇ ਕੋਲੋਂ ਖੁਸ਼ਬੂ ਆਵੇ ਗੁਣਾਂ ਦੀ। ਚਾਰ ਬੰਦੇ ਬਹਿਣਾ ਚਾਹਣ ਤੁਹਾਡੇ ਕੋਲ, ਦੋ ਦੋ ਮਿੰਟ ਦਾ ਟਾਈਮ ਮੰਗਣ ਤੁਹਾਡੇ ਕੋਲ, ਇੰਨੀ ਗੁਣਾਂ ਦੀ ਖੁਸ਼ਬੂ ਤੁਹਾਡੇ ਕੋਲੋਂ ਆਉਣੀ ਚਾਹੀਦੀ ਹੈ। ਦੇ ਸਕਤਾ ਹੈ ਕਿਸੇ ਕੋ ਖੁਸ਼ੀ ਦੇ, ਲੈ ਸਕਤਾ ਹੈ ਕਿਸੇ ਕਾ ਰੋਨਾ ਲੈ, ਆਖੋ ਸਤਨਾਮ, ਲੈਣਾ ਹੀ ਹੈ ਨਾ, ਕਿਸੇ ਕੋਲੋਂ ਕੁਝ ਲੈਣਾ ਲੈ ਲੈ ਉਹਦਾ ਰੋਣਾ, ਜੇ ਕੁਝ ਦੇਣ ਦਾ ਮਨ ਆਇਆ ਦੇਣਾ ਹੀ ਹੈ ਨਾ, ਦੇ ਖੁਸ਼ੀਆਂ ਦੇ ਨਾ, ਕਿਸ ਰੂਪ 'ਚ ਤੂੰ ਖੁਸ਼ੀਆਂ ਦੇਣਾ, ਦੇ ਉਹ ਖੁਸ਼ੀਆਂ ਮੁੜ ਥੁੜ ਕੇ ਫਿਰ ਤੇਰੇ ਵਿਹੜੇ 'ਚ ਆ ਜਾਣਗੀਆਂ। ਆਖੋ ਸਤਨਾਮ, ਸੱਚ ਜੀ, ਖੁਸ਼ੀਆਂ ਵੰਡੋਗੇ ਨਾ ਤੁਹਾਡੇ ਵਿਹੜੇ ਤੋਂ ਖੁਸ਼ੀਆਂ ਨਿਕਲਣਗੀਆਂ ਹੀ ਨਹੀਂ, ਖੇੜੇ ਵੰਡੋਗੇ ਨਾ ਤੁਹਾਡੇ ਘਰੋਂ ਖੇੜੇ ਨਿਕਲਣਗੇ ਹੀ ਨਹੀਂ, ਡੇਰਾ ਲਾ ਕੇ ਬਹਿ ਜਾਣਗੇ ਖੇੜੇ, ਖੁਸ਼ੀਆਂ ਤੁਹਾਡੇ ਘਰ ਡੇਰਾ ਲਾ ਕੇ, ਕਿਉਂਕਿ ਜੋ ਚੀਜ਼ ਵੰਡ ਰਹੇ ਹੋ
ਉਹ ਚੀਜ਼ਾਂ ਪਲਟ ਪਲਟ ਕੇ ਆਉਂਦੀਆਂ ਨੇ ਔਰ ਕਈ ਗੁਣਾ ਵਧਾ ਕੇ ਆਉਂਦੀਆਂ ਨੇ। ਆਖੋ ਸਤਨਾਮ, ਕਈ ਗੁਣਾ ਵਧਾ ਕੇ ਆਉਂਦੀਆਂ ਨੇ ਉਹ ਚੀਜ਼ਾਂ। ਛੋਟੀ ਜੀ ਜ਼ਿੰਦਗੀ ਹੈ ਸਾਧ, ਹੱਸ ਖੇਡ ਕੇ ਬਿਤਾ ਲਓ। ਛੋਟੀ ਜੀ ਜ਼ਿੰਦਗੀ ਹੈ, ਸਫਲੀ ਕਰਕੇ ਬਿਤਾ ਲਓ। ਇੰਨੇ ਨੇਕ ਕਰਮ ਕਰੋ, ਇੰਨੇ ਨੇਕ ਕਰਮ ਕਰੋ ਕਿ ਜਦੋਂ ਜਹਾਨੋਂ ਜਾਓ ਇੱਥੇ ਵੀ ਜੈ ਜੈਕਾਰ, ਤੇ ਜਿੱਥੇ ਜਾ ਰਹੇ ਹੋ ਉੱਥੇ ਵੀ ਜੈ ਜੈਕਾਰ ਹੋ। ਐਸੇ ਕਰਮ ਕਰਕੇ ਜਾਈਏ, ਐਸੇ ਕਰਮ। ਇੱਥੋਂ ਹੀ ਧੋ ਕੇ ਜਾਈਏ ਜੀ, ਇੱਥੋਂ ਹੀ ਕਰਮ ਮਾਂਝ ਕੇ ਜਾਈਏ, ਇੱਥੋਂ ਹੀ ਢਹਿ ਕੇ ਜਾਈਏ, ਮਹਾਰਾਜ ਅੱਗੇ ਢਹਿ ਕੇ ਜਾਈਏ। ਡਾਕਟਰ ਅੱਗੇ ਕਾਹਦਾ ਪੜਦਾ ਜੀ, ਡਾਕਟਰ ਅੱਗੇ ਕਾਹਦਾ ਪੜਦਾ? ਡਾਕਟਰ ਕਹਿੰਦਾ ਕਿੱਥੇ ਹੈ ਜ਼ਖਮ, ਹੁਣ ਕੱਪੜੇ ਲਾਂਦਾ ਹੀ ਨਹੀਂ। ਡਾਕਟਰ ਕਹਿੰਦਾ ਜਦ ਤੱਕ ਮੈਂ ਵੇਖਾਂਗਾ ਨਹੀਂ, ਮੈਂ ਕਿਵੇਂ ਉਹਨੂੰ ਚੀਰਾ ਦਿਆਂਗਾ, ਕਿਵੇਂ ਉਹਨੂੰ ਮੈਂ ਠੀਕ ਕਰਾਂਗਾ, ਦੱਸ। ਡਾਕਟਰ ਤੋਂ ਕਾਹਦਾ ਪੜਦਾ, ਡਾਕਟਰ ਤੋਂ ਕੋਈ ਪੜਦਾ ਨਹੀਂ ਹੁੰਦਾ। ਗੁਰੂ ਨਾਨਕ ਡਾਕਟਰ ਦੇ ਅੱਗੇ ਕੋਈ ਪੜਦਾ ਨਾ ਰੱਖਿਓ, ਉਹ ਸਭ ਜਾਣਦੇ ਨੇ। ਦੁਨਿਆਵੀ ਡਾਕਟਰ ਤਾਂ ਫਿਰ ਸਾਧ ਸੰਗਤ ਉਹਨੂੰ ਦੱਸੇ ਤੇ ਪਤਾ ਲੱਗਦਾ ਹੈ ਨਾ, ਉਹਨੂੰ ਦੱਸੇ ਤੇ ਪਤਾ ਲੱਗਦਾ। ਇੱਥੇ ਤਾਂ ਮਰੀਜ਼ ਬਸ ਗੁਰੂ ਨਾਨਕ ਦੇ ਸਾਹਮਣੇ ਹੀ ਆ ਜਾਵੇ, ਛੱਡੋ ਸਾਹਮਣੇ ਨੂੰ, ਤੂੰ ਜਦੋਂ ਕਰਮ ਕੀਤਾ ਹੈ ਨਾ ਉਦੋਂ ਹੀ ਪਤਾ ਲੱਗ ਗਿਆ, ਉਹਨੂੰ ਲਿਖਿਆ ਗਿਆ, ਲੱਗ ਗਿਆ ਪਤਾ ਤੂੰ ਕਰਮ ਕੀਤਾ। ਉਹ ਸਭ ਜਾਣਦੇ ਨੇ। ਇੱਕ ਗੱਲ ਮੈਂ ਖੁੱਲ੍ਹ ਕੇ ਕਿਹਾ ਕਰਦਾ, ਮੇਰੇ ਕਰਮ ਜਾਂ ਮੈਂ ਜਾਣਦਾ ਜਾਂ ਮੇਰਾ ਖੁਦਾ ਜਾਣਦਾ। ਆਖੋ ਸਤਨਾਮ। ਵਾਹਿਗੁਰੂ। ਬੰਦੇ ਦੇ ਕਰਮ ਜਾਂ ਬੰਦਾ ਜਾਣਦਾ ਜਾਂ ਬੰਦੇ ਦਾ ਰੱਬ ਜਾਣਦਾ, ਔਰ ਤੀਜਾ ਕੋਈ ਨਹੀਂ ਜਾਣਦਾ। ਜਿੰਨਾ ਮਰਜ਼ੀ ਮੈਂ ਪਖੰਡ ਕਰ ਲਾਂ, ਜਿੰਨਾ ਮਰਜ਼ੀ ਸਾਧ ਸੰਗਤ ਕੋਈ ਬੰਦਾ ਪਖੰਡ ਕਰ ਲਵੇ, ਚੋਲਾ ਪਾ ਲਵੇ, ਆਹ ਕਰ ਲਵੇ, ਉਹ ਕਰ ਲਵੇ, ਰੱਬ ਤੋਂ ਕਿੱਥੋਂ ਛੁਪਾਊਗਾ? ਇੱਕ ਆਪ ਤੋਂ ਕਿੱਥੋਂ ਛੁਪਾਊਗਾ? ਆਪ ਨੂੰ ਤਾਂ ਪਤਾ ਮੈਂ ਕੀ ਹਾਂ, ਤੇ ਇੱਕ ਆਪ ਨੂੰ ਪਤਾ ਹੁੰਦਾ, ਇੱਕ ਰੱਬ ਨੂੰ ਪਤਾ ਹੁੰਦਾ, ਤੀਜਾ ਭਾਵੇਂ ਕਿਸੇ ਨੂੰ ਵੀ ਨਾ ਪਤਾ ਲੱਗੇ, ਰੱਬ ਤੋਂ ਕਿਵੇਂ ਛੁਪਾਏਗਾ? ਨਹੀਂ ਛੁਪਾ ਸਕੇ, ਤੇ ਨਾ ਛੁਪਣੇ ਨਹੀਂ ਔਗੁਣ, ਨਾ ਛੁਪਣੇ ਨਹੀਂ ਤੇਰੇ ਐਬ। ਤੇ ਬਿਹਤਰ ਹੈ ਇੱਥੇ ਆ ਕੇ ਗੁਰੂ ਅੱਗੇ ਨੰਗੇ ਹੀ ਹੋ ਜਾਈਏ ਜੀ, ਗੁਰੂ ਅੱਗੇ ਆ ਕੇ ਨੰਗੇ ਹੋ ਜਾਈਏ। ਨੰਗੇ ਦਾ ਮਤਲਬ ਕਬੂਲ ਕਰ ਲਈਏ, ਗਰੀਬ ਨਿਵਾਜ ਮੈਂ ਪਾਪੀ ਹਾਂ, ਹਾਂ ਅਪਰਾਧੀ ਹਾਂ, ਹਾਂ ਗੁਨਾਹਗਾਰ, ਮਹਾਰਾਜ ਕੀਤਾ। ਗੁਰੂ ਆਗੇ ਢਹਿ ਢਹਿ ਅੱਗੇ ਕਮਾਲ ਕਰਤੀ, ਕਹਿੰਦੇ ਪਾਵੇ ਗੋ, ਆਖੋ ਸਤਨਾਮ। ਗੁਰ ਆਗੇ ਢਹਿ ਢਹਿ, ਜਦੋਂ ਢਹਿ ਗਿਆ ਨਾ ਪਾਵੇ ਗੋ, ਲੈ ਜਾਏਗਾ। ਪਰ ਬਿਨਾਂ ਢਹਿਣ ਤੋਂ ਸਾਧ ਸੰਗਤ ਨਹੀਂ ਮਿਲਣੀ ਜੇ ਦਾਤ, ਨਹੀਂ ਬਖਸ਼ਿਸ਼ ਮਿਲਣੀ ਜੇ। ਹੰਕਾਰੀ ਸਦਾ ਸਾਧ ਸੰਗਤ ਧੌਣ 'ਚ ਕਿਲ ਠੋਕ ਕੇ ਬੈਠਾ ਹੁੰਦਾ, ਉਹਦੀ ਧੌਣ ਝੁਕਦੀ ਨਹੀਂ, ਉਹਦੀ ਧੌਣ ਝੁਕਦੀ ਨਹੀਂ ਹੰਕਾਰੀ ਦੀ। ਜਿਸ ਦਿਨ ਉਹ ਹੰਕਾਰ ਦੀ ਕਿਲ ਬਾਹਰ ਕੱਢੇਗਾ, ਧੌਣ ਸਿੱਧਾ ਗੁਰੂ ਦੇ ਚਰਨਾਂ 'ਚ, ਆਖੋ ਸਤਨਾਮ। ਜਿਸ ਦਿਨ ਧੌਣ ਗੁਰੂ ਦੇ ਚਰਨਾਂ 'ਚ, ਬਸ ਗੁਰੂ ਦਾ ਹੱਥ ਸਿਰ ਦੇ ਉੱਪਰ, ਤੇ ਫਿਰ ਹੋਏਗਾ ਕਿ ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਵੇਖ ਦੁੱਖ ਉਤਰ। ਇੱਕ ਜਨਮ ਦੇ ਓਏ ਗੁਰੂ ਦਿਆ ਦੇ ਘਰ 'ਚ ਆ ਜਾਣ, ਤੇਰੇ ਅਗਲੇ ਪਿਛਲੇ ਸਾਰੇ ਵਰਕੇ ਪਾੜ ਪੂੜ ਕੇ ਸੁੱਟ ਦੇਣਗੇ ਇੱਥੇ ਦੇ, ਉਹ ਮਤਲਬ ਹੀ ਨਹੀਂ, ਜਿੰਨੇ ਤੇਰੇ ਪਿਛਲੇ ਤੁਰੇ ਆਉਂਦੇ ਨੇ ਸਭ ਪਾੜ ਕੇ ਸੁੱਟ ਦੇਣਗੇ।
ਗੁਰੂ ਹਾਥ ਧਰਿਓ ਮੇਰਾ ਮਾਥਾ। ਕਹਿੰਦੇ ਜਨਮ ਜਨਮ ਕੇ, ਇੱਕ ਜਨਮ ਦੇ ਨਹੀਂ ਗਿਆ, ਇੰਨੀ ਸਮਰਥਾ ਵਾਲੇ ਨੇ ਤੇਰੇ ਮਾਲਕ ਸਿੱਖਾ, ਇੰਨੀ ਸਮਰਥਾ ਵਾਲੇ ਨੇ ਤੇਰੇ ਗੁਰੂ ਨਾਨਕ। ਇੱਥੇ ਇਹ ਲਫ਼ਜ਼ ਨਹੀਂ ਵਰਤਿਆ ਕਿ ਇੱਕ ਦਿਨ ਦੇ, ਚਾਰ ਦਿਨ ਦੇ, ਦਸ ਦਿਨ ਦੇ ਜਾਂ ਇਸ ਜਨਮ ਦੇ, ਨਾ 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 ਨਾ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਸਭ ਵਰਕੇ ਵੁਰਕੇ ਪਾੜ ਕੇ ਸੁੱਟ ਦਿੱਤੇ। ਫਿਰ ਅੱਗੇ ਕੀ ਕੀਤਾ ਉਹਨਾਂ ਨੇ, ਫਿਰ ਕੀ ਕੀਤਾ, ਫਿਰ ਸਵਾਰ ਦਿੱਤਾ ਨਾਮ ਦੇ ਕੇ, ਗੁਰਨਾਮ ਦਿਓ ਰਿਣ ਲਾਥਾ। ਜਦੋਂ ਗੁਰੂ ਨੇ ਨਾਮ ਦਿੱਤਾ, ਹੁਣ ਤਾਕੀਦ ਕਰਦੀ, ਕਹਿੰਦੇ ਮੇਰੇ ਮਨ ਜਪ ਰਾਮ ਨਾਮ ਸਭ ਅਰਥ, ਗੁਰਪੂਰੇ ਹਰ ਨਾਮ ਦੜਾਇਆ, ਬਿਨ ਨਾਮੈ ਜੀਵਨ ਬਿਰਥਾ। ਉਹ ਨਾਮ ਤੋਂ ਬਿਨਾਂ ਜੀਵਨ ਬਿਰਥਾ, ਜੇ ਨਾਮ ਤੋਂ ਬਿਨਾਂ ਜੀਵਨ ਗਰਕ ਹੈ, ਗਰਕ ਹੈ, ਗਰਕ ਹੈ। ਸਾਰੀਆਂ ਬਰਕਤਾਂ ਖਾਲੀ ਢਹਿਣ ਕਰਕੇ, ਬਸ ਢਹਿ ਜਾਈਏ, ਢਹਿਣਾ ਆ ਜਾਏ, ਗੁਰ ਆ ਗਏ ਢਹਿ ਢਹਿ ਪਾਵੇ ਕੋ, ਲੈ ਜਾਓਗੇ ਸਾਧ ਸੰਗਤ ਜੀ। ਜਦੋਂ ਗੁਰੂ ਅੱਗੇ ਢਹਿ ਗਏ, ਫਿਰ ਗੁਰੂ ਨੂੰ ਬਖਸ਼ਣ ਦੇ ਵਿੱਚ ਦੇਰ ਨਹੀਂ ਲੱਗਦੀ। ਸੁੱਤ ਅਪਰਾਧ ਕਰਤ ਹੈ ਜੀਤੇ, ਕਹਿੰਦੇ ਜਨਨੀ ਚੀਤ ਨਾ ਰੱਖ। ਕਹਿੰਦੇ ਰਾਮਈਆ ਹਾਂ ਵਾਰਕ ਤੇਰਾ ਪਾਏ ਨਾ ਖੰਡ। ਇੱਕ ਪਿਆਰ ਵਾਲਾ ਦਾਵਾ ਕੀਤਾ ਹੈ, ਇੱਕ ਪਿਆਰ ਵਾਲਾ ਮਾਣ ਰੱਖਿਆ, ਕਹਿੰਦੇ ਕਾਏ ਨਾ ਖੰਡਸ, ਔਗੁਣ ਮੇਰਾ ਖੰਡ ਦੂਰ ਕਰ, ਆਪਣਾ ਬਣਾ ਮੈਨੂੰ ਸੱਚੇ ਪਾਤਸ਼ਾਹ, ਆਪ ਦਾ ਬਣਾ ਲੈ। ਇਹ ਅਰਦਾਸਾਂ ਕਰੀਏ, ਹਉ ਪਾਪੀ ਤੂੰ, ਹਉ ਪਾਪੀ ਤੂੰ, ਮਹਾਰਾਜ ਤੁਸੀਂ ਬਖਸ਼ਣਹਾਰ ਹੋ, ਬਖਸ਼ਣਹਾਰ ਹੋ, ਮੈਂ ਪਾਪੀ ਤੁਹਾਡੇ ਚਰਨਾਂ 'ਚ ਆਇਆ, ਅੱਜ ਮੇਰੇ ਗੁਨਾਹ ਬਖਸ਼ ਦਿਓ। ਆਖੋ ਸਤਨਾਮ, ਮੇਰੇ ਗੁਨਾਹ ਬਖਸ਼।